ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਮਾਫ਼ ਕਰ ਲਈ ਪਾਏਗੀ ਰਹਿਮ ਦੀ ਅਪੀਲ ਰਾਸ਼ਟਰਪਤੀ ਵੱਲੋਂ ਖਾਰਜ ਕੀਤੇ ਜਾਣ ਦੇ ਬਾਅਦ ਡੇ ਐਂਡ ਨਾਈਟ ਨਿਊਜ਼ ਵੱਲੋਂ ਮਨਿੰਦਰਜੀਤ ਸਿੰਘ ਬਿੱਟਾ ਨਾਲ ਫੋਨ ਤੇ ਗੱਲ ਕੀਤੀ ਗਈ ਆਓ ਸੁਣਦੇ ਹਾਂ ਕੀ ਕਿਹਾ ਬਿੱਟਾ ਨੇ ਤੁਲਸੀ ਜੀ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਹਿਮ ਦੀ ਅਪੀਲ ਖਾਰਜ ਕੀਤੇ ਜਾਣ ਤੇ ਹੁਣ ਤੁਹਾਡੀ ਕੀ ਪ੍ਰਤੀਕਿਰਿਆ ਹੈ ਮੇਰੀ ਪ੍ਰਤੀਕਿਰਿਆ ਇਹ ਹੈ ਕਿ ਇਹ ਸਰਕਾਰ ਦਾ ਫੈਸਲਾ ਔਰ ਇਸ ਦੀ ਕੀ ਵਜ੍ਹਾ ਹੋਈ ਇਹਦੀ ਕੋਈ ਐਕਸਪਲੇਨੇਸ਼ਨ ਰੈਸ਼ਨਲ ਐਕਸਪਲੇਨੇਸ਼ਨ ਨਹੀਂ ਹੈ ਕਿ 8 ਸਾਲ ਤੱਕ ਇਹ ਫੈਸਲਾ ਨਹੀਂ ਇਹਨਾਂ ਨੇ ਕੀਤਾ ਕਿ ਵੀ ਇਹ ਮਰਤੀ ਪਟੀਸ਼ਨ ਖਾਰਜ ਹੋਣੀ ਹੈ ਨਹੀਂ 8 ਸਾਲ ਤੋਂ ਜ਼ਿਆਦਾ ਪੈਂਡਿੰਗ ਰਹੀ ਹੈ ਔਰ ਹੁਣ ਸੁਪਰੀਮ ਕੋਰਟ ਦਾ ਨੋਟਿਸ ਆਉਣ ਤੋਂ ਬਾਅਦ 2 ਦਿਨ ਦੇ ਅੰਦਰ ਫੈਸਲਾ ਕਰ ਦਿੱਤਾ ਤਾਂ ਕਾਨੂੰਨ ਤਾਂ ਇਹ ਹੈ ਕਿ ਇਹਨਾਂ ਨੂੰ ਹਰ ਇੱਕ ਦਿਨ ਦੀ ਜਿਹੜੀ ਦੇਰੀ ਹੋਈ ਮਰਤੀ ਪਟੀਸ਼ਨ ਦੇ ਫੈਸਲੇ ਵਾਸਤੇ ਉਸਦੀ ਵਜ੍ਹਾ ਦੱਸਣੀ ਪਏਗੀ ਤਾਂ ਕੋਈ ਰੈਸ਼ਨਲ ਵਜ੍ਹਾ ਅਗਰ ਨਹੀਂ ਹੋਏਗੀ ਤਾਂ ਸੁਪਰੀਮ ਕੋਰਟ ਇਸ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਸਕਦੀ ਹੈ ਔਰ ਅਗਰ ਇਹ ਗੈਰ ਕਿਉਂਕਿ ਕਿਸੇ ਵੀ ਬੰਦੇ ਨੂੰ ਇੰਨੀ ਦੇਰ ਮੌਤ ਦੀ ਸਜ਼ਾ ਸੁਣਾ ਕੇ ਉਹਨੂੰ ਇਸ ਖਦਸ਼ੇ 'ਚ ਰੱਖਣਾ ਕਿ ਵੀ ਪਤਾ ਨਹੀਂ ਉਹਨੇ ਅਗਲਾ ਦਿਨ ਦੇਖਣਾ ਹੈ ਕਿ ਨਹੀਂ ਇਹ ਇੱਕ ਬਹੁਤ ਇਨਹਿਊਮਨ ਟ੍ਰੀਟਮੈਂਟ ਔਰ ਕਰੂਅਲ ਟ੍ਰੀਟਮੈਂਟ ਮੰਨਿਆ ਜਾਂਦਾ ਹੈ ਇਹ ਅਨਸਿਵਿਲਾਈਜ਼ਡ ਟ੍ਰੀਟਮੈਂਟ ਹੈ ਇਸ ਕਰਕੇ ਸਰਕਾਰ ਨੂੰ ਇਹ ਐਕਸਪਲੇਨ ਕਰਨਾ ਪਏਗਾ ਸੁਪਰੀਮ ਕੋਰਟ ਨੂੰ ਕਿ ਹਰ ਇੱਕ ਦਿਨ ਦੀ ਦੇਰੀ ਦੀ ਵਜ੍ਹਾ ਕੀ ਸੀ ਔਰ ਅਗਰ ਕੋਈ ਰੈਸ਼ਨਲ ਐਕਸਪਲੇਨੇਸ਼ਨ ਨਹੀਂ ਹੋਏਗਾ ਤੇ ਇਹ ਸਜ਼ਾ ਜਿਹੜੀ ਹੈ ਇਸ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਏਗਾ ਜੀ ਤੁਲਸੀ ਜੀ ਇਸ ਤੋਂ ਬਾਅਦ ਤੁਹਾਡਾ ਅਗਲਾ ਜਿਹੜਾ ਕਦਮ ਕੀ ਹੋਊਗਾ ਕੀ ਬਚਿਆ ਇਸ ਮਾਮਲੇ 'ਚ ਹੁਣ ਕੁਝ ਜੀ ਬਿਲਕੁਲ ਸੁਪਰੀਮ ਕੋਰਟ ਪੈਂਡਿੰਗ ਹੈ ਸਾਡੀ ਪਟੀਸ਼ਨ ਜਿਸ ਵਕਤ ਉਹ ਆਏਗੀ ਉਸ ਵਕਤ ਪੂਰੀ ਬਹਿਸ ਸੁਣੀ ਜਾਏਗੀ ਔਰ ਉਹਨਾਂ ਦਾ ਐਕਸਪਲੇਨੇਸ਼ਨ ਦੇਖਿਆ ਜਾਏਗਾ ਕਿ ਵਾਜਿਬ ਹੈ ਜਾਂ ਨਹੀਂ ਗੱਲਬਾਤ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਮਾਫ਼ ਕਰਨ ਲਈ ਪਾਏਗੀ ਰਹਿਮ ਦੀ ਅਪੀਲ ਰਾਸ਼ਟਰਪਤੀ ਵੱਲੋਂ ਖਾਰਜ ਕੀਤੇ ਜਾਣ ਦੇ ਬਾਅਦ ਡੇ ਐਂਡ ਨਾਈਟ ਨਿਊਜ਼ ਵੱਲੋਂ ਮਨਿੰਦਰਜੀਤ ਸਿੰਘ ਬਿੱਟਾ ਨਾਲ ਫੋਨ ਤੇ ਗੱਲ ਕੀਤੀ ਗਈ ਆਓ ਸੁਣਦੇ ਹਾਂ ਕੀ ਕਿਹਾ ਬਿੱਟਾ ਨੇ ਮੈਂ ਤਾਂ ਇਹ ਕਹੂੰਗਾ ਕਿ ਹਿੰਦੁਸਤਾਨ ਕੀ ਕੋਰਟ ਕੇ ਉੱਪਰ ਬਹੁਤ ਬੜਾ ਅਭੀ ਵੀ ਇਨਸਾਫ਼ ਬਣਾ ਹੁਆ ਹੈ ਫਾਂਸੀ ਤੋਂ ਇਸਕੀ ਕਾਫੀ ਦੇਰ ਪਹਿਲੇ ਹੋ ਜਾਣੀ ਚਾਹੀਏ ਥੀ ਪਰ ਇਹ ਪੋਲੀਟੀਕਲ ਪਾਰਟੀਆਂ ਕੋਈ ਧਰਮ ਕੇ ਨਾਮ ਕੇ ਉੱਪਰ ਪੋਲੀਟਿਕਸ ਕਰਤੀ ਰਹੀ ਕੁਛ ਰਾਜਨੀਤੀ ਕੇ ਨਾਮ ਕੇ ਉੱਪਰ ਪੋਲੀਟਿਕਸ ਕਰਤੀ ਰਹੀ पर मैं आज ये महसूस करता हूं अगर आप ये समझते हैं कि ये फांसी जो है ये राष्ट्रपति जी ने ऐसा किया है ये सुप्रीम कोर्ट का आदेश के मुताबिक हुआ है अगर सुप्रीम कोर्ट में शायद उन्होंने तो अच्छा काम करने के लिए अपने लिए किया था ये उनके उलट पड़ गया इंसाफ तो इंसाफ होता है इतने बेगुनाह लोग मारे जाएं इतनी बहनों के सुहाग उजड़ जाएं इतने बच्चे यतीम हो जाएं लुधियाना के अंदर पूरे पंजाब के अंदर इतने लोगों को मार दिया जाए और उसके बाद जिम्मेदार लोग उसके नाम के ऊपर राजनीति करें उसके नाम के ऊपर बुलर के नाम के ऊपर कनाडा से जर्मनी से करोड़ों अरबों रुपया फंड इकट्ठा करें जिसमें परमजीत सिंह सरना जैसे लोग जो दिल्ली में बैठे हैं मैं समझूंगा उसकी इतनी जल्दी फांसी कराने में अगर सबसे ज्यादा मेरी कोई हेल्प की है तो वो परमजीत सिंह सरना ने की है जो उसके लिए उसके नाम पे पैसे इकट्ठे करता रहा बाहर से फंडिंग मंगवाता रहा और आज उसको फांसी का आदेश राष्ट्रपति जी ने कर दिया पर वो ना अगर सुप्रीम कोर्ट जाते और थोड़ी देर अंदर रह जाता हो सकता है 2 साल निकल जाते तो मुझे इंसाफ मिला है मुझे नहीं कल बल्कि इंसाफ मिला है वो जो बेगुनाह लोग मारे गए मेरे सुरक्षा कर्मचारी मारे गए बहनों के सुहाग उजड़ गए बच्चे यतीम हो गए अब उनको इंसाफ मिला है उनके परिवारों को इंसाफ मिला है।